ਸਤਿ ਸ਼੍ਰੀ ਅਕਾਲ। ਮਾਤਾ ਗੁਜਰੀ ਕਾਲਜ ਦਾ ਯੂਟਿਊਬ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਂ ਗਗਨਦੀਪ ਕੌਰ ਤਹਿ ਦਿਲੋਂ ਸਵਾਗਤ ਕਰਦੀ ਹਾਂ। ਜਿਵੇਂ ਕਿ ਸਾਨੂੰ ਪਤਾ ਹੈ ਕਿ ਇਸ ਵਾਰ ਲੋਕ ਸਭਾ ਇਲੈਕਸ਼ਨਸ ਹੋਣ ਜਾ ਰਹੀਆਂ ਨੇ ਅਤੇ ਇਸ ਵਿੱਚ ਬਹੁਤਾ ਸਮਾਂ ਵੀ ਨਹੀਂ ਰਿਹਾ, ਪਰ ਇਹ ਗੱਲ ਦਾ ਅੰਦਾਜ਼ਾ ਲਗਾਉਣਾ ਥੋੜ੍ਹਾ ਮੁਸ਼ਕਿਲ ਹੋ ਰਿਹਾ ਹੈ ਕਿ ਕਿਹੜੀ ਪਾਰਟੀ ਸੱਤਾ ਵਿੱਚ ਆਪਣਾ ਪਰਚਮ ਚਲਾਏਗੀ। ਖੈਰ, ਅਸੀਂ ਕਾਲਜ ਦੇ ਵਿੱਚ ਮੌਜੂਦ ਹਾਂ ਅਤੇ ਕਾਲਜ ਦੇ ਸਟੂਡੈਂਟਸ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਅਤੇ ਉਹਨਾਂ ਤੋਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਵਿਦਿਆਰਥੀ ਕਿਹੜੀ ਗੱਲਾਂ ਜਾਂ ਕਿਹੜੇ ਕੰਮਾਂ ਨੂੰ ਧਿਆਨ ਵਿੱਚ ਰੱਖ ਕੇ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਸੋ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਅਸੀਂ ਵਿਦਿਆਰਥੀਆਂ ਵੱਲ ਚੱਲਦੇ ਹਾਂ। ਔਰ ਤੁਹਾਡਾ ਨਾਮ? ਮੇਰਾ ਨਾਮ ਗੁਰਪ੍ਰੀਤ ਸਿੰਘ। ਤੁਹਾਡੀ ਵੋਟ ਬਣੀ ਹੈ? ਹਾਂਜੀ, ਬਣੀ ਹੋਈ ਹੈ ਜੀ। ਅਤੇ ਮਤਲਬ ਪਹਿਲਾਂ ਵੀ ਪਾਈ ਹੋਣੀ ਤੁਸੀਂ ਵੋਟ? ਹਾਂਜੀ ਹਾਂਜੀ। ਅਤੇ ਇਸ ਵਾਰ ਤੁਸੀਂ ਇਹ ਜੀ ਕਿਹੜੀਆਂ ਗੱਲਾਂ ਨੂੰ ਧਿਆਨ 'ਚ ਰੱਖ ਕੇ ਵੋਟ ਪਾ ਰਹੇ ਹੋ? ਇਸ ਵਾਰ ਕੇਵਲ ਸੜਕਾਂ ਜਾਂ ਹਾਂਜੀ ਹੋਰ ਲਾਈਟਾਂ ਵਗੈਰਾ ਦਾ ਕੋਈ ਮੁੱਦਾ ਨਹੀਂ ਹੈਗਾ। ਇਸ ਵਾਰ ਕੁਛ ਵੱਖਰਾ ਹੀ ਸੋਚ ਰਹੇ ਹਾਂ ਕਿ ਵੀ ਜਿਵੇਂ ਬੇਰੁਜ਼ਗਾਰੀ ਦਾ ਮੇਨ ਮੁੱਦਾ ਹੋਇਆ ਪਿਆ, ਹਨਾ ਜੀ, ਕਦੇ ਹੱਲ ਹੀ ਨਹੀਂ ਹੋਇਆ ਹੈਗਾ ਬੇਰੁਜ਼ਗਾਰੀ ਦਾ। ਬਿਲਕੁਲ ਬਿਲਕੁਲ, ਇਹ ਸਭ ਤੋਂ ਵੱਡਾ ਮੁੱਦਾ ਮੰਨ ਸਕਦੇ ਹਾਂ ਆਪਾਂ, ਹਨਾ ਜੀ। ਹਾਂਜੀ। ਅਤੇ ਫ੍ਰੀ ਦੀਆਂ ਬੱਸਾਂ ਦੇ ਵਿੱਚ ਸਫ਼ਰ ਕਰਨਾ ਜਾਂ ਫ੍ਰੀ ਦੀ ਬਿਜਲੀ ਲੈਣਾ, ਇਹ ਆਪਾਂ ਵਾਧੂ ਲਾਲਚ ਲੈ ਚੁੱਕੇ ਹਾਂ ਬਹੁਤ ਜ਼ਿਆਦਾ। ਹਾਂਜੀ। ਅਤੇ ਮੇਨ ਯੂਥ ਲਈ ਤਾਂ ਬੇਰੁਜ਼ਗਾਰੀ ਦਾ ਸਭ ਤੋਂ ਵੱਡਾ ਮੁੱਦਾ। ਹਾਂਜੀ ਹਾਂਜੀ। ਅਤੇ ਮੈਂ ਸੋਚਦਾ ਵੀ ਇਹ ਜੇ ਹੱਲ ਹੁੰਦਾ ਤਾਂ ਕੋਈ ਸਰਕਾਰ ਹੱਲ ਕਰਦੀ ਹੈ, ਕੋਈ ਪਾਰਟੀ ਹੱਲ ਕਰਦੀ ਹੈ ਮੁੱਦਾ, ਤਾਂ ਮੈਂ ਉਹ ਪਾਰਟੀ ਨੂੰ ਜ਼ਰੂਰ ਵੋਟ ਪਾਉਣਾ ਚਾਹਾਂਗਾ। ਮਤਲਬ ਤੁਸੀਂ ਇਸ ਵਾਰ ਗਲੀਆਂ ਨਾਲੀਆਂ ਤੋਂ ਉੱਤੇ ਉੱਠ ਕੇ ਵੀ ਜਿਹੜੇ ਲੋਕਾਂ ਦੀ ਪ੍ਰੋਬਲਮਸ ਅਸਲੀ ਪ੍ਰੋਬਲਮਸ ਨੇ ਉਹਨਾਂ ਨੂੰ ਸੋਰਟ ਆਊਟ ਕਰਨਗੇ, ਉਹਨਾਂ ਨੂੰ ਚੁਣੋਗੇ? ਹਾਂਜੀ। ਧੰਨਵਾਦ, ਤੁਸੀਂ ਬਹੁਤ ਵਧੀਆ ਜਵਾਬ ਦਿੱਤਾ ਅਤੇ ਤੁਹਾਡੇ ਨਾਲ ਗੱਲ ਕਰਕੇ ਵੀ ਬਹੁਤ ਵਧੀਆ ਲੱਗਿਆ। ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਨਾਮ? ਤਰਨਜੀਤ ਕੌਰ। ਤੁਹਾਡੀ ਵੋਟ ਬਣੀ ਹੈ? ਹਾਂਜੀ। ਅਤੇ ਫਸਟ ਟਾਈਮ ਪਾ ਰਹੇ ਹੋ ਜਾਂ ਪਹਿਲਾਂ ਵੀ ਪਾਈ? ਫਸਟ ਟਾਈਮ। ਓਕੇ। ਕਿਹੜੀਆਂ ਗੱਲਾਂ ਨੂੰ ਤੁਸੀਂ ਧਿਆਨ 'ਚ ਰੱਖ ਕੇ ਆਪਣਾ ਕੈਂਡੀਡੇਟ ਚੁਣ ਰਹੇ ਹੋ? ਮੈਂ ਸਿਰਫ ਇਹ ਧਿਆਨ 'ਚ ਰੱਖ ਕੇ ਪਾਊਂਗੀ ਵੀ ਹਾਂ, ਕਿਉਂਕਿ ਹੁਣ ਆਪਾਂ ਕਹਿੰਦੇ ਹਾਂ ਵੀ ਹਾਂ ਜਿਹੜੇ ਨੌਜਵਾਨ ਉਹਨਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ। ਬਿਲਕੁਲ। ਫਸਟ ਉਹ, ਪਰ ਆਪਾਂ ਕਹਿ ਵੀ ਦਿੰਦੇ ਵੀ ਰੁਜ਼ਗਾਰ ਵੀ ਮਿਲ ਨਹੀਂ ਰਿਹਾ, ਪਰ ਆਪਾਂ ਉਹ ਵੀ ਹੁਣ ਆਪਾਂ ਨੂੰ ਸਿੱਧਾ ਤਾਂ ਰੁਜ਼ਗਾਰ ਦੇ ਨਹੀਂ ਸਕਦੇ ਹੈਗੇ। ਆਪਾਂ ਇਹ ਦੇਖੀਏ ਵੀ ਹਾਂ ਉਹ ਫੈਕਟਰੀਜ਼ ਵਗੈਰਾ ਇਹੋ ਜਿਹੀਆਂ ਚੀਜ਼ਾਂ ਲਗਾਉਣ ਵੀ ਜਿਹਤੋਂ ਆਪਾਂ ਨੂੰ ਰੁਜ਼ਗਾਰ ਮਿਲੇ। ਵੈਸੇ ਅੱਜ ਕੱਲ੍ਹ ਲੋਕ ਜਿਵੇਂ ਸੜਕਾਂ ਵਗੈਰਾ ਤਾਂ ਜ਼ਿਆਦਾ ਕਰਦੇ ਨੇ, ਸਾਡੇ ਪਿੰਡ ਦੀ ਸੜਕ ਬਣਾ ਦਿਓ, ਪਰ ਆਪਾਂ ਨੂੰ ਉਹਦੇ ਨਾਲ ਚੰਗਾ ਤਾਂ ਇਹ ਚੀਜ਼ਾਂ ਦੇਖਣੀਆਂ ਚਾਹੀਦੀਆਂ ਵੀ ਅੱਜ ਦੇ ਜਿਹੜੇ ਨੌਜਵਾਨ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ, ਹਨਾ, ਜੇ ਉਹਦੇ ਕੋਈ ਫੈਕਟਰੀ ਕੋਈ ਪਿੰਡ ਵਿੱਚ ਹੀ, ਹਨਾ, ਕੋਈ ਫੈਕਟਰੀ ਵਗੈਰਾ ਲਾ ਜੇ ਜਿੱਥੇ ਉਹ ਕੰਮ ਕਰ ਸਕਣ। ਠੀਕ ਹੈ, ਮਤਲਬ ਮੇਨ ਵੀ ਨੌਜਵਾਨਾਂ ਨੂੰ ਕੰਮ ਮਿਲੇ, ਕਿਉਂਕਿ ਫਿਰ ਉਹ ਕੰਮ ਦੀ ਭਾਲ 'ਚ ਬਾਹਰ ਜਾਂਦੇ ਨੇ। ਠੀਕ ਹੈ, ਮਤਲਬ ਫਿਰ ਉਹ ਪ੍ਰਵਾਸ ਕਰਦੇ ਨੇ, ਜਿਵੇਂ ਬਾਹਰਲੇ ਦੇਸ਼ਾਂ ਵੱਲ ਰੁੱਖ ਕਰਦੇ ਨੇ, ਮਤਲਬ ਉਹ ਪੰਜਾਬ 'ਚ ਮਿਲੇ ਉਹਨਾਂ ਨੂੰ ਕੰਮ ਜਿਹੜੇ ਜਿਹੜੇ ਕੰਮ ਦੇ ਹੱਕਦਾਰ ਨੇ। ਠੀਕ ਹੈ, ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਨਾਮ? ਮੇਰਾ ਨਾਮ ਕੁਲਵੀਰ ਸਿੰਘ। ਅਤੇ ਅਸੀਂ ਇਹ ਜਾਣਨਾ ਚਾਹੁੰਦੇ ਹਾਂ ਕਿ ਤੁਸੀਂ ਵੋਟ ਬਣਾਈਏ? ਜੀ ਬਿਲਕੁਲ, ਬਣ ਕੇ। ਤੇ ਵੋਟ ਪਹਿਲਾਂ ਵੀ ਕਦੀ ਪਾਈਏ? ਨਹੀਂ, ਪਹਿਲੀ ਵਾਰ ਹੁਣੇ ਬਣੀ ਹੈ। ਫਸਟ ਟਾਈਮ? ਹਾਂਜੀ। ਠੀਕ ਹੈ, ਤੇ ਅਸੀਂ ਨਾ ਇਹ ਜਾਣਨਾ ਚਾਹੁੰਦੇ ਹਾਂ ਕਿ ਤੁਸੀਂ ਅਜੇ ਕਿਹੜੀ ਗੱਲਾਂ ਨੂੰ ਧਿਆਨ 'ਚ ਰੱਖ ਕੇ ਆਪਣਾ ਕੈਂਡੀਡੇਟ ਚੁਣਾਉਂਦੇ ਹੋ? ਕੈਂਡੀਡੇਟ ਦੇਖੋ ਜੀ, ਜਿਹੜਾ ਹਲਕੇ ਦੇ ਕੰਮ ਆਵੇ। ਹਾਂਜੀ ਹਾਂਜੀ। ਹਲਕੇ 'ਚ ਸਾਰੇ ਕੰਮ ਕਰਾਉਂਦਾ ਹੋਵੇ ਨਾ, ਬੰਦਾ ਵੀ ਵਧੀਆ ਹੋਵੇ। ਹਾਂਜੀ ਹਾਂਜੀ। ਉਹ ਗੱਲਾਂ ਨੂੰ ਧਿਆਨ ਰੱਖਿਆ ਜਾਵੇ ਪਾਰਟੀ ਤੋਂ ਉੱਤੇ ਉੱਠ ਕੇ। ਮਤਲਬ ਪਾਰਟੀ ਨਹੀਂ ਸਰ, ਤੁਸੀਂ ਦੇਖ ਰਹੇ ਸਿਰਫ ਦੇਖੋਗੇ ਵੀ ਜਿਹੜਾ ਬੰਦਾ ਚੱਜ ਦੇ ਕੰਮ ਕਰਾ। ਜੀ ਬਿਲਕੁਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਨਾਮ? ਕਰਨਦੀਪ ਸਿੰਘ ਜੀ। ਤੇ ਤੁਸੀਂ ਕਿਹੜੀ ਗੱਲਾਂ ਜਾਂ ਕਿਹੜੇ ਕੰਮਾਂ ਨੂੰ ਧਿਆਨ 'ਚ ਰੱਖ ਕੇ ਇਸ ਵਾਰ ਵੋਟ ਪਾ ਰਹੇ ਹੋ? ਆਪਾਂ ਸਭ ਤੋਂ ਪਹਿਲਾਂ ਤਾਂ ਇਹ ਦੇਖਣਾ ਹੈ ਵੀ ਹਾਂ ਕਿਸੇ ਪਾਰਟੀ ਜਾਂ ਕਿਸੇ ਮਤਲਬ ਬੰਦੇ ਨੂੰ ਵੋਟ ਪਾਣੀ, ਸਭ ਤੋਂ ਪਹਿਲਾਂ ਇਹ ਦੇਖਣਾ ਹੈ ਵੀ ਹਾਂ ਬੰਦਾ ਕਿਹੜਾ ਆਪਣੇ ਵਾਸਤੇ ਸਹੀ ਆ, ਮਤਲਬ ਜਿਹੜੇ ਚੰਗੇ ਕੰਮ। ਹਾਂ ਜੀ ਬਿਲਕੁਲ। ਤੇ ਪਿੰਡਾਂ 'ਚ ਸੁਧਾਰ ਕਰਦੇ ਆ ਜਿਵੇਂ ਵਧੀਆ ਲੋਕ ਉਵੇਂ ਵੋਟ ਪਾਉਣੀ ਹੈ। ਤੇ ਮਤਲਬ ਓਵਰਆਲ ਚੰਗੇ ਕੰਮ ਕਰੇ ਜਿਹੜਾ, ਮਤਲਬ ਬੰਦਾ ਨਹੀਂ ਦੇਖਣਾ, ਉਹਦੇ ਕੰਮ ਦੇਖਣੇ ਨੇ। ਠੀਕ। ਤੇ ਬਾਕੀ ਜਿਹੜਾ ਹੋਰ ਭ੍ਰਿਸ਼ਟਾਚਾਰ ਖਤਮ ਕਰੇ ਜਾਂ ਜਿਹੜੀਆਂ ਸਾਰੀਆਂ ਚੀਜ਼ਾਂ ਨੂੰ ਮਤਲਬ ਸਹੀ ਕਰਨ ਦੀ, ਸਮੱਸਿਆ ਨੂੰ ਸਹੀ ਕਰਨ ਦੀ
ਆਪਣਾ ਕੋਸ਼ਿਸ਼ ਕਰੇ ਉਹਨੂੰ ਖਤਮ ਕਰੇ ਮਤਲਬ ਪ੍ਰੋਬਲਮਸ ਨੂੰ ਸਾਰੀਆਂ। ਬਿਲਕੁਲ ਠੀਕ ਹੈ, ਧੰਨਵਾਦ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੁਹਾਡਾ ਨਾਮ? ਮੇਰਾ ਨਾਮ ਆਂਚਲ ਹੈ ਅਤੇ ਮੈਂ BA ਫਾਈਨਲ ਈਅਰ ਦੀ ਵਿਦਿਆਰਥਣ ਹਾਂ ਜੀ। ਅਤੇ ਤੁਸੀਂ ਵੋਟ ਪਾਉਂਦੇ ਹੋ? ਹਾਂਜੀ ਪਾਉਂਦੇ ਹਾਂ। ਅਤੇ ਇਸ ਵਾਰ ਤੁਸੀਂ ਕਿਹੜੇ ਕੰਮਾਂ ਨੂੰ ਧਿਆਨ 'ਚ ਰੱਖ ਕੇ ਤੁਸੀਂ ਵੋਟ ਦੀ ਇਸਤੇਮਾਲ ਕਰ ਰਹੇ ਹੋ? ਇਸ ਵਾਰ ਅਸੀਂ ਦੇਖਣਾ ਵੀ ਮਤਲਬ ਕਿ ਜ਼ਿਆਦਾਤਰ ਵੀ ਲੋਕ ਭ੍ਰਿਸ਼ਟਾਚਾਰੀ ਵਰਤਣ ਜਾ ਰਹੇ ਅਤੇ ਜੇ ਮਤਲਬ ਕਿ ਚੰਗੇ ਕੰਮ ਕਰ ਰਹੇ ਨੇ ਅਤੇ ਮਤਲਬ ਕਿ ਲੋਕਾਂ ਦੀ ਭਲਾਈ ਦਾ ਕੰਮ ਕਰ ਰਹੇ ਨੇ, ਉਹਨਾਂ ਨੂੰ ਇਹ ਗੱਲਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਅਸੀਂ ਵੋਟ। ਹਾਂਜੀ, ਮਤਲਬ ਭ੍ਰਿਸ਼ਟਾਚਾਰ ਕਿਵੇਂ ਵੀ ਭ੍ਰਿਸ਼ਟਾਚਾਰ ਤੋਂ ਮੁਕਤੀ ਦਵਾਉਂਗੇ ਜਿਹੜੀ ਕੈਂਡੀਡੇਟ, ਉਹਨਾਂ ਨੂੰ ਤੁਸੀਂ ਵੋਟ ਪਾਓਗੇ ਜਾਂ ਕਿਵੇਂ? ਮਤਲਬ ਕਿ ਭ੍ਰਿਸ਼ਟਾਚਾਰ ਨੂੰ ਜੇ ਦੇਖਿਆ ਜਾਵੇ ਭ੍ਰਿਸ਼ਟਾਚਾਰ ਖਤਮ ਹੋਣਾ ਚਾਹੀਦਾ ਮੇਰੇ ਹਿਸਾਬ ਨਾਲ, ਤਾਂ ਜੇ ਭ੍ਰਿਸ਼ਟਾਚਾਰ ਖਤਮ ਹੋਊਗਾ ਤਾਂ ਹੀ ਲੋਕਾਂ ਦੀ ਭਲਾਈ ਦਾ ਕੰਮ ਹੋ ਸਕਦੇ ਨੇ। ਠੀਕ ਹੈ, ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੁਹਾਡਾ ਨਾਮ? ਮੇਰਾ ਨਾਮ ਹੈ ਤਨਵੀਰ ਸਿੰਘ। ਤੁਹਾਡਾ? ਡਾਲੀ ਸ਼ਾਹ। ਓਕੇ, ਤੁਹਾਡੀ ਵੋਟ ਬਣੀ ਹੋਈ ਹੈ? ਵੋਟ ਬਣੀ ਹੋਈ ਹੈ। ਅਤੇ ਪਾਉਂਦੇ ਵੀ ਹੋਣਗੇ? ਅਤੇ ਇਸ ਵਾਰ ਤੁਸੀਂ ਇਹ ਜੀ ਕਿਹੜੀ ਗੱਲਾਂ ਨੂੰ ਧਿਆਨ 'ਚ ਰੱਖ ਰਹੇ ਹੋ ਵੀ ਅਸੀਂ ਜਿਹੜੇ ਕੈਂਡੀਡੇਟ ਨੂੰ ਚੁਣੋਗੇ, ਮਤਲਬ ਵੀ ਉਹਨੂੰ ਕਿਹੜੇ ਗੱਲਾਂ ਦਾ ਧਿਆਨ 'ਚ ਰੱਖ ਕੇ ਤੁਸੀਂ ਉਹਨੂੰ ਚੁਣ ਰਹੇ ਹੋ? ਹਾਂਜੀ, ਇਹ ਵੀ ਥੋੜ੍ਹਾ ਐਜੂਕੇਟਡ ਹੋਵੇ, ਉਹਨੂੰ ਪਤਾ ਹੋਵੇ ਚੀਜ਼ਾਂ ਬਾਰੇ ਵੀ ਕੀ ਚੱਲ ਰਿਹਾ ਸਮਾਜ ਦੇ ਵਿੱਚ, ਕੀ ਆਉਣ ਵਾਲੀਆਂ ਚੀਜ਼ਾਂ ਨੇ। ਹਾਂਜੀ, ਇਹੀ ਗੱਲਾਂ ਹੁੰਦੀਆਂ ਮੇਨ ਦਿਮਾਗ ਦੇ ਵਿੱਚ। ਹਾਂਜੀ, ਨਹੀਂ ਮਤਲਬ ਉਹ ਸਾਡੇ ਵਾਸਤੇ ਜਾਂ ਆਮ ਜਨਤਾ ਵਾਸਤੇ ਕੀ ਕੰਮ ਕਰ ਰਿਹਾ ਵੀ ਜਿਹੜਾ ਤੁਸੀਂ ਉਹਨੂੰ ਹੀ ਚੁਣਨਾ ਹੈ? ਦੇਖੋ, ਹੁਣ ਤਾਂ ਮੈਂ ਤੁਹਾਨੂੰ ਸਹੀ ਗੱਲ ਦੱਸਾਂ, ਹਜੇ ਤੱਕ ਤਾਂ ਕਿਸੇ ਨੇ ਐਸਾ ਕੰਮ ਕੀਤਾ ਨਹੀਂ ਵੀ ਉਹ ਚੁਣਿਆ ਜਾਵੇ। ਹਾਂਜੀ ਹਾਂਜੀ, ਆਉਣ ਵਾਲੇ ਟਾਈਮ 'ਚ ਦੇਖਾਂਗੇ ਹੁਣ ਜਿਹੜਾ ਹੋਊਗਾ। ਮਤਲਬ ਅਸੀਂ ਐਵੇਂ ਨਹੀਂ ਨਾ ਕਹਿ ਸਕਦੇ ਵੀ ਕਿਸੇ ਨੇ ਕੀਤਾ ਹੀ ਨਹੀਂ ਹੈਗਾ, ਮਤਲਬ ਥੋੜਾ ਬਹੁਤ ਕਹਿ ਲਓ ਜਾਂ ਕਰਦਾ ਹਰ ਕੋਈ ਹੈ, ਤਾਂ ਤੁਸੀਂ ਉਸ ਦੇ ਬੇਸ ਤੇ ਵੀ ਨਹੀਂ ਕਿਸੇ ਨੂੰ ਚੁਣੋਗੇ? ਮੈਂ ਇਹੀ ਜਿਹੜਾ ਡਿਸੀਜਨ ਆ ਕੰਫੀਡੈਂਸ਼ੀਅਲ ਹੈ, ਮੈਂ ਨਹੀਂ ਦੱਸੂਗਾ, ਮੈਂ ਵੋਟ ਮੈਂ ਪਾਉਂਦਾ ਹੀ ਨਹੀਂ, ਪਹਿਲੀ ਗੱਲ ਤਾਂ ਬਹੁਤ ਔਖਾ। ਅੱਛਾ, ਮਤਲਬ ਇਹਦਾ ਕੀ ਕਾਰਨ ਹੈ ਜੀ? ਕਾਰਨ ਕਾਫੀ ਨੇ ਜੀ, ਉਹੀ ਤਾਂ ਗੱਲ ਮੈਂ ਤੁਹਾਨੂੰ ਦੱਸਿਆ, ਕੰਫੀਡੈਂਸ਼ੀਅਲ ਹੁੰਦਾ ਹੈ, ਆਪਾਂ ਦੱਸਣਾ ਨਹੀਂ ਹੁੰਦਾ ਕਿਸੇ। ਅੱਛਾ ਅੱਛਾ, ਨਹੀਂ ਅਸੀਂ ਤਾਂ ਇਹ ਤਾਂ ਨਹੀਂ ਪੁੱਛ ਰਹੇ ਵੀ ਤੁਸੀਂ ਕਿਹਨੂੰ ਪਾਉਣੀ ਹੈ, ਮਤਲਬ ਬਸ ਤੁਸੀਂ ਅਸੀਂ ਇਹ ਜਾਣਨਾ ਚਾਹੁੰਦੇ ਵੀ ਕਿਹੜੀਆਂ ਗੱਲਾਂ ਨੂੰ ਧਿਆਨ 'ਚ ਰੱਖਣਾ, ਅਸੀਂ ਕੰਮ ਵੀ ਕਿਹੜੀ ਸਰਕਾਰ ਕੀ ਕੰਮ ਕਰਦੀ ਵੀ ਜਿਹੜੇ ਤੁਸੀਂ ਉਹਨੂੰ ਚੁਣੋਗੇ? ਦੇਖੋ, ਜਿਹੜੀ ਕੋਈ ਵੀ ਸਰਕਾਰ ਹੈ ਜੀ, ਹਾਂਜੀ, ਕੰਮ ਤਾਂ ਉਹ ਕਰਦੀ ਹੋਈ ਆ, ਕਿਸੇ ਦੇ ਫਾਇਦੇ ਕਰ ਦਿੰਦੀ ਆ, ਉਹਨੂੰ ਦੇਖ ਕੇ ਵੋਟ ਪਾ ਦਿੰਦਾ, ਕਿਸੇ ਦੇ ਫਾਇਦੇ ਕਰ ਦਿੰਦੀ ਆ, ਪਰ ਜਿਹੜੇ ਮੇਰੀ ਸੋਚਣੀ ਇਹ ਆ ਕਿ ਸਾਰਿਆਂ ਦਾ ਹੀ ਹੋਵੇ, ਜ਼ਰੂਰੀ ਨਹੀਂ ਹੈ ਕਿ ਇੱਕ ਪਾਸੇ ਨੂੰ ਜਾਈ ਜਾਵੇ ਸਰਕਾਰ, ਉਹ ਸਾਰੀਆਂ ਚੀਜ਼ਾਂ ਦੇਖਣੀਆਂ ਚਾਹੀਦੀਆਂ, ਸਾਰੇ ਪਾਸਿਆਂ ਦਾ ਡਿਵੈਲਪਮੈਂਟ ਕਰੇ, ਇੱਕ ਪਾਸੇ ਵੱਲ ਨਾ ਧਿਆਨ ਦੇਵੇ, ਤੇ ਮਤਲਬ ਇੱਕ ਕੰਮ ਵਧੀਆ ਕਰ ਦਿੰਦੇ ਨੇ ਉਹੀ ਦੂਜਾ ਮਾੜਾ ਕਰ ਦਿੰਦੇ। ਹਾਂਜੀ ਹਾਂਜੀ, ਇਹ ਚੀਜ਼ ਕਰਕੇ ਮੈਨੂੰ ਚੰਗਾ ਨਹੀਂ ਲੱਗਦਾ। ਠੀਕ ਹੈ, ਮਤਲਬ ਤੁਹਾਡਾ ਹੁਣ ਡਿਸੀਜਨ ਫਾਈਨਲ ਹੈ, ਤੁਸੀਂ ਵੋਟ ਨਹੀਂ ਪਾਉਣਾ? ਨਹੀਂ, ਮੈਂ ਪਾਉਣਾ। ਤੇ ਲੋਕ ਅਵੇਅਰ ਵੀ ਤਾਂ ਹੋ ਰਹੇ ਨੇ, ਜਿਵੇਂ ਪਹਿਲਾਂ ਵੀ ਬਹੁਤ ਲੋਕ ਵੋਟ ਨਹੀਂ ਪਾਉਂਦੇ ਸੀ, ਪਰ ਹੁਣ ਜਿਵੇਂ ਅਵੇਅਰਨੈਸ ਹੋ ਰਹੀ ਹੈ, ਲੋਕ ਵੋਟ ਪਾਉਣ ਜਾ ਰਹੇ, ਤੇ ਇਸ ਵਾਰ ਜਿਹੜਾ 2 ਕਰੋੜ ਲੋਕਾਂ ਨੇ ਨਿਊ ਰਜਿਸਟ੍ਰੇਸ਼ਨ ਕਰਾਈ ਹੈ ਵੋਟਾਂ ਦੀ, ਹਰ ਸਾਲ ਹੀ ਹੁੰਦੀ ਹੈ ਇਹ, ਕਈ ਵਾਰ ਅੰਕੜੇ ਆ ਜਾਂਦੇ ਨੇ, ਕਈ ਵਾਰ ਨਹੀਂ ਆਉਂਦੀ ਬਾਹਰ, ਮਤਲਬ ਹਰ ਸਾਰੇ ਹੁੰਦੇ, ਮਤਲਬ ਤੁਹਾਡਾ ਫਾਈਨਲ ਡਿਸੀਜਨ? ਮੇਰਾ ਤਾਂ ਫਾਈਨਲ ਹੈ, ਮੈਂ ਨਹੀਂ ਪਾਉਂਗਾ। ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਕਿਸੇ ਵੀ ਆਧਾਰ ਤੇ ਵੋਟ ਪਾਈਏ, ਪਰ ਸਾਡੀ ਵੋਟ ਦਾ ਆਧਾਰ ਇਹ ਨਹੀਂ ਹੋਣਾ ਚਾਹੀਦਾ ਵੀ ਅਸੀਂ ਤਾਂ ਵੋਟ ਪਾਈਏ ਵੀ ਉਹ ਬੰਦਾ ਸਾਡੀ ਜਾਤ ਦਾ ਜਾਂ ਸਾਡੇ ਧਰਮ ਦਾ, ਇਹ ਚੀਜ਼ਾਂ ਤੇ ਨਿਰਪੱਖ ਹੋ ਕੇ ਵੋਟ ਪਾਉਣੀ ਚਾਹੀਦੀ ਆ। ਜੇ ਤੁਸੀਂ ਕਿਸੇ ਵੀ ਕੈਂਡੀਡੇਟ ਨੂੰ ਪਸੰਦ ਨਹੀਂ ਕਰਦੇ ਤਾਂ ਅਸੀਂ ਨੋਟੇ ਦਾ ਬਟਨ ਦਾ ਪਕਿਆ ਸਕਦੇ ਹਾਂ। ਹਾਂਜੀ, ਤੇ ਬਸ ਮੇਰਾ ਤਾਂ ਹੀ ਓਪੀਨੀਅਨ। ਠੀਕ ਹੈ, ਧੰਨਵਾਦ। ਥੈਂਕ ਯੂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਨਾਮ? ਸੰਦੀਪ ਕੌਰ। ਤੁਸੀਂ ਇਸ ਵਾਰ ਵੋਟ ਪਾ ਰਹੇ ਹੋ? ਹਾਂਜੀ ਹਾਂਜੀ। ਤੇ ਇਸ ਵਾਰ ਤੁਸੀਂ ਕਿਹੜੇ ਕੰਮਾਂ ਨੂੰ ਧਿਆਨ 'ਚ ਰੱਖ ਕੇ ਵੋਟ ਪਾਓਗੇ? ਇਸ ਵਾਰ ਉਮੀਦਵਾਰ ਦੇ ਜਿਹੜੇ ਕੰਮ ਨੇ ਉਹਨਾਂ ਨੂੰ ਧਿਆਨ ਵਿੱਚ ਰੱਖ ਕੇ ਵੋਟ ਪਾਵਾਂਗੇ, ਕਿਉਂਕਿ ਉਹ ਆਪਣੇ ਹਲਕੇ 'ਚ ਪੂਰੇ ਕੰਮ ਕਰ ਰਹੇ ਆ, ਜੋ ਵਿਕਾਸ ਆ ਉਹਨਾਂ ਦਾ ਉਹ ਕਰ ਰਹੇ ਆ, ਤੇ ਜਿਹੜੀ ਨੌਜਵਾਨ ਪੀੜ੍ਹੀ ਆ ਉਹਨਾਂ ਲਈ ਰੁਜ਼ਗਾਰ ਜਾਂ ਹੋਰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰ ਰਹੇ ਨੇ ਕਿ ਨਹੀਂ, ਤੇ ਉਹਨਾਂ ਦੇ ਹੱਕ 'ਚ ਜੋ ਫੈਸਲੇ ਲੈਣਗੇ, ਸਹੀ ਲੈਣਗੇ ਜਾਂ ਗਲਤ, ਆਪਾਂ ਉਸ ਉਮੀਦਵਾਰ ਦੇ ਧਿਆਨ ਵਿੱਚ ਰੱਖ ਕੇ ਵੋਟ ਪਾਵਾਂਗੇ। ਠੀਕ ਹੈ, ਜਿਵੇਂ ਕਿ ਤੁਸੀਂ ਦੇਖਿਆ ਹੀ ਹੈ
ਕਿ ਵਿਦਿਆਰਥੀਆਂ ਦਾ ਇਹੀ ਮੰਨਣਾ ਹੈ ਕਿ ਉਹ ਉਸ ਕੈਂਡੀਡੇਟ ਨੂੰ ਚੁਣਨਗੇ ਜਿਹੜੇ ਕਿ ਭ੍ਰਿਸ਼ਟਾਚਾਰ, ਬੇਰੁਜ਼ਗਾਰੀ ਵਰਗੀਆਂ ਸਮੱਸਿਆਵਾਂ ਨੂੰ ਹੱਲ ਕਰਨਗੇ। ਸੋ ਉਮੀਦ ਕਰਦੇ ਹਾਂ ਕਿ ਇਸ ਪ੍ਰੋਗਰਾਮ ਦੇ ਨਾਲ ਸਿਰਫ ਸਾਡੇ ਦਰਸ਼ਕਾਂ ਨੂੰ ਹੀ ਨਹੀਂ ਬਲਕਿ ਸਿਆਸੀ ਆਗੂਆਂ ਨੂੰ ਵੀ ਕੁਛ ਸੇਧ ਮਿਲੇਗੀ ਅਤੇ ਉਹ ਇਹਨਾਂ ਮੁੱਦਿਆਂ ਵੱਲ ਥੋੜ੍ਹਾ ਜ਼ਿਆਦਾ ਧਿਆਨ ਦੇਣਗੇ। ਸੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਬਹੁਤ ਵਧੀਆ ਲੱਗਿਆ ਹੋਵੇਗਾ। ਅਜਿਹੇ ਹੋਰ ਪ੍ਰੋਗਰਾਮ ਦੇਖਣ ਦੇ ਲਈ ਸਾਡੇ ਨਾਲ ਜੁੜੇ ਰਹੋ। ਧੰਨਵਾਦ।